ਹੈਲੋ ਦੋਸਤੋ ਸਟੱਡੀ ਅਨਦਰਵੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਦੋਸਤੋ ਇੱਕ ਸੀਰੀਜ਼ ਸਟਾਰਟ ਕਰ ਰਹੇ ਹਾਂ ਸੋਸ਼ਲ ਸਟੱਡੀ ਇਹਦੇ ਆਪਾਂ ਕੁਐਸਚਨ ਆਨਸਰ ਸਟਾਰਟ ਕਰ ਰਹੇ ਹਾਂ ਪਾਰਟ 1 ਦੇ ਵਿੱਚ ਜਿਹਦੇ ਵਿੱਚ ਆਪਣਾ ਪਹਿਲਾ ਟੌਪਿਕ ਹੋਊਗਾ ਅੱਜ ਆਪਾਂ ਮਿਕਸ ਐਮਸੀਕਾ ਤੋਂ ਸ਼ੁਰੂ ਕਰਾਂਗੇ ਇਸ ਤੋਂ ਬਾਅਦ ਆਪਾਂ ਟੌਪਿਕ ਵਾਈਜ਼ ਕੁਐਸ਼ਨਸ ਰੈਡੀ ਕਰਾਂਗੇ ਇਹ ਜਿਹੜੇ ਸੋਸ਼ਲ ਸਟੱਡੀ ਆ ਇਹ ਆਪਣੇ ਜਿਵੇਂ ਈਟੀਟੀ ਵਾਸਤੇ ਜਾਂ ਪੰਜਾਬ ਟੈਟ ਦੇ ਐਗਜ਼ਾਮ ਜਿੰਨੇ ਵੀ ਜਿਹੜਾ ਵੀ ਆ ਜਾਵੇ ਮਾ ਪੇਪਰ 1 ਜਾਂ ਪੇਪਰ 2 ਦਾ ਉਹਨਾਂ ਦੇ ਵਿੱਚ ਸੋਸ਼ਲ ਸਟੱਡੀ ਦੇ ਕੁਐਸਚਨ ਆਨਸਰ ਆਉਂਦੇ ਆ ਆਪਾਂ ਕਾਫੀ ਟਾਈਮ ਬਾਅਦ ਅੱਜ ਵੀਡੀਓ ਸਟਾਰਟ ਕਰ ਰਹੇ ਹਾਂ ਕੁਝ ਪਰਸਨਲ ਰੀਜ਼ਨ ਕਰਕੇ ਵੀਡੀਓ ਚੈਨਲ ਤੇ ਅਪਲੋਡ ਨਹੀਂ ਹੋਈ ਸੀ ਅੱਜ ਤੋਂ ਆਪਾਂ ਰੈਗੂਲਰ ਵੀਡੀਓ ਪਾਇਆ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਵਾਲਾ ਬਟਨ ਜ਼ਰੂਰ ਦਬ ਲਿਓ ਤਾਂ ਦੋਸਤੋ ਸਭ ਤੋਂ ਪਹਿਲਾ ਕੁਐਸਚਨ ਸ਼ੁਰੂ ਕਰਦੇ ਹਾਂ ਦਾ ਪਰਸਨ ਹੂ ਇਸਟੈਬਲਿਸ਼ ਬ੍ਰਿਟਿਸ਼ ਰੂਲ ਇਨ ਇੰਡੀਆ ਉਹ ਵਿਅਕਤੀ ਜਿਸ ਨੇ ਭਾਰਤ ਵਿੱਚ ਬ੍ਰਿਟਿਸ਼ ਰਾਜ ਸਥਾਪਿਤ ਕੀਤਾ ਸੀ ਤਾਂ ਉਹਦਾ ਰਾਈਟ ਆਨਸਰ ਆ ਜਾਂਦਾ ਆਪਸ਼ਨ ਨੰਬਰ ਏ ਜਾਨੀ ਕਿ ਰੋਬਰਟ ਕਲਾਈਵ ਰੌਬਰਟ ਕਲਾਈਵ ਕੀ ਸੀ ਇਹ ਫਰਸਟ ਬ੍ਰਿਟਿਸ਼ ਗਵਰਨਰ ਆਫ ਬੰਗਾਲ ਪ੍ਰੈਸਿਡੈਂਸੀ ਸੀ ਬੰਗਾਲ ਜਿਹੜੀ ਪ੍ਰੈਸਿਡੈਂਸੀ ਸੀਗੀ ਉਹਦਾ ਇਹ ਫਰਸਟ ਬ੍ਰਿਟਿਸ਼ ਗਵਰਨਰ ਸੀ ਨੈਕਸਟ ਆਪਣਾ ਕੁਐਸਚਨ ਆ ਗਿਆ ਦਾ ਅਫੀਸ਼ੀਅਲ ਲੈਂਗੁਏਜ ਆਫ ਪਾਲਵ ਜਬਾਲ ਪਾਲਵ ਦੀ ਸਰਕਾਰੀ ਭਾਸ਼ਾ ਕਿਹੜੀ ਸੀ ਤਾਂ ਦਾ ਰਾਈਟ ਆਨਸਰ ਆ ਆਪਸ਼ਨ ਨੰਬਰ ਸੀ ਯਾਨੀ ਕਿ ਸੰਸਕ੍ਰਿਤ ਤੇ ਜਿਹੜਾ ਪਾਲਵ ਵੰਸ਼ ਸੀਗਾ ਸਾਊਥ ਇੰਡੀਅਨ ਵੰਸ਼ ਸੀ ਇਹ ਜਿਹੜਾ 275 ਕਾਮਨ ਏਰਾ ਤੋਂ ਲੈ ਕੇ 897 ਕਾਮਨ ਏਰਾ ਤੱਕ ਰਿਹਾ ਇਹਦੇ ਵਿੱਚ ਕਈ ਵਾਰੀ ਕੁਐਸਚਨ ਦੇ ਵਿੱਚ ਆਨਸਰ ਦੇ ਵਿੱਚ ਇਹ ਵੀ ਆ ਜਾਂਦਾ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਇਹਨਾਂ ਦੀਆਂ ਜਿਹੜੀਆਂ ਪ੍ਰਾਕ੍ਰਿਤ ਵੀ ਇਹ ਇਹਨਾਂ ਦੀ ਜਿਹੜੀ ਅਫੀਸ਼ੀਅਲ ਲੈਂਗੁਏਜ ਆ ਜਾਂਦੀ ਹੈ ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ ਦਾ ਲਾਈਨਸ ਦੈਟ ਐਡਜੋਇਨ ਡਿਫਰੈਂਟ ਪਲੇਸਸ ਵਿਦ ਦੀ ਸੇਮ ਪ੍ਰੈਸ਼ਰ ਆਰ ਨੋਨ ਐਸ ਲੈਣਾ ਜੋ ਵੱਖ-ਵੱਖ ਸਥਾਨਾਂ ਨਾਲ ਜੁੜਦੇ ਹਨ ਉੱਥੇ ਉਸੇ ਦਬਾਅ ਵਜੋਂ ਜਾਣਿਆ ਜਾਂਦਾ ਹੈ ਵੀ ਸੇਮ ਜਿੱਥੇ ਦਬਾਅ ਹੋਵੇ ਪ੍ਰੈਸ਼ਰ ਹੋਵੇ ਉਹਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਇਹਦਾ ਰਾਈਟ ਆਨਸਰ ਆ ਜਾਂਦਾ ਆਪਸ਼ਨ ਨੰਬਰ ਸੀ ਜਾਨੀ ਕਿ ਆਈਸੋਬਾਰ ਆਈਸੋਬਾਰ ਕੀ ਹੈ ਮੈਪ ਦੇ ਉੱਪਰ ਦੋ ਕਨੈਕਟਿੰਗ ਪੁਆਇੰਟ ਹੁੰਦੇ ਆ ਜਿੱਥੇ ਐਟਮੋਸਫੀਅਰ ਪ੍ਰੈਸ਼ਰ ਕਿਸੇ ਵੀ ਇੱਕ ਟਾਈਮ ਉੱਤੇ ਜਾਂ ਐਵਰੇਜ ਕੱਢ ਲਿਆ ਆਪਾਂ ਟਾਈਮ ਦੀ ਉਦੋਂ ਉਹ ਬਰਾਬਰ ਹੁੰਦਾ ਕਿਸੇ ਵੀ ਪੁਆਇੰਟ ਦੇ ਐਟਮੋਸਫੀਅਰ ਪ੍ਰੈਸ਼ਰ ਉਹ ਬਰਾਬਰ ਹੁੰਦਾ ਉਹਨੂੰ ਆਪਾਂ ਆਈਸੋਬਾਰ ਕਿਹਾ ਜਾਂਦਾ ਅੱਗੇ ਆਪਣੇ ਕੋਲ ਇਨ ਇੰਡੀਆ ਦਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਬਾਜ਼ ਐਸਟੈਬਲਿਸ਼ਡ ਇਨ ਦੀ ਇਅਰ ਭਾਰਤ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਕਿਸ ਸਾਲ ਵਿੱਚ ਸਥਾਪਿਤ ਕੀਤਾ ਗਿਆ ਸੀ ਇਹਦਾ ਰਾਈਟ ਆਨਸਰ ਆ ਜਾਂਦਾ ਆਪਸ਼ਨ ਨੰਬਰ ਸੀ ਜਾਨੀ ਕਿ 1993 ਜਿਸ ਨੂੰ ਕਿ ਪ੍ਰੋਪਰ ਡੇਟ ਦੀ ਗੱਲ ਕਰੀਏ ਤਾਂ ਆਪਾਂ 28 ਸਤੰਬਰ 1993 ਦੇ ਵਿੱਚ ਵੀ ਜਿਹੜਾ ਇਹ ਸਟੇਬਲਿਸ਼ ਹੋਇਆ ਸੀ ਹਿਊਮਨ ਰਾਈਟਸ ਕਮਿਸ਼ਨ ਨੈਕਸਟ ਵਨ ਆਪਣੇ ਕੋਲ ਦਾ ਪਰਸਨ ਹੂ ਵਾਸ ਨੇਮਡ ਐਜ਼ ਟਾਈਗਰ ਆਫ ਮੈਸੂਰ ਜਿਸ ਨੂੰ ਕਿਸ ਨੂੰ ਟਾਈਗਰ ਆਫ ਮੈਸੂਰ ਕਿਹਾ ਜਾਂਦਾ ਸੀ ਇਹਦਾ ਪਤਾ ਆਪਾਂ ਨੂੰ ਰਾਈਟ ਆਨਸਰ ਹੈ অপਸ਼ਨ ਨੰਬਰ A ਯਾਨੀ ਕਿ ਟੀਪੂ ਸੁਲਤਾਨ ਨੈਕਸਟ ਕੁਐਸ਼ਨ ਆ ਜਾਂਦਾ ਦਾ ਸਾਇੰਸ ਆਫ ਕੰਸਟਰਕਟਿੰਗ ਮੈਪ ਇਜ਼ ਕਾਲਡ ਨਕਸ਼ਾ ਬਣਾਉਣ ਦੇ ਵਿਗਿਆਨ ਨੂੰ ਕੀ ਕਿਹਾ ਜਾਂਦਾ ਇਹ ਬਰੀ ਸਿੰਪਲ ਕੁਐਸ਼ਨ ਆ ਇਹ ਵੈਸੇ ਤਾਂ ਪੇਪਰ ਦੇ ਵਿੱਚ ਆਉਂਦਾ ਨਹੀਂ ਪਰ ਕਈ ਵਾਰੀ ਪਤਾ ਨਹੀਂ ਹੁੰਦਾ ਕਈ ਵਾਰੀ ਸਿੰਪਲ ਕੁਐਸ਼ਨ ਵੀ ਆ ਜਾਂਦਾ ਹੁੰਦਾ ਇਹਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ C ਯਾਨੀ ਕਿ ਕਾਰਟੋਗ੍ਰਾਫੀ ਕਾਰਟੋਗ੍ਰਾਫੀ ਕਿਹਾ ਜਾਂਦਾ ਜਿਹੜਾ ਮੈਪ ਨਕਸ਼ਾ ਬਣਾਉਣ ਦਾ ਵਿਗਿਆਨ ਹੁੰਦਾ ਉਹਨੂੰ ਕਾਰਟੋਗ੍ਰਾਫੀ ਕਿਹਾ ਜਾਂਦਾ ਅੱਗੇ ਆਪਣੇ ਕੋਲੇ ਕੁਐਸਚਨ ਹੈਗਾ ਡੋਲ ਡਰਮਸ ਲਾਈ ਰਫਲੀ ਬੀਟਵੀਨ ਡੋਲ ਡਰਮਸ ਕਿਸ ਦੇ ਵਿਚਕਾਰ ਹੈ ਡੋਲ ਡਰਮ ਇਹਦਾ ਪਹਿਲਾ ਰਾਈਟ ਆਨਸਰ ਦੱਸਦੀ ਹੈ ਆਪਸ਼ਨ ਨੰਬਰ B 5 ਡਿਗਰੀ ਐਂਡ 30 ਡਿਗਰੀ ਇਨ ਨਾਰਥ ਐਂਡ ਐਸ ਸਾਊਥ ਲੈਟਿਟਿਊਡ ਇਹਦੇ ਵਿਚਕਾਰ ਹੁੰਦਾ ਇਹਦਾ ਡੋਲ ਡਰਮਸ ਹੁੰਦਾ ਕਿ ਇਹ ਡੋਲ ਡਰਮਸ ਇੱਕ ਪ੍ਰਸਿੱਧ ਸਮੁੰਦਰੀ ਸ਼ਬਦ ਹੈ ਜੋ ਭੂਮਧ ਰੇਖਾ ਦੇ ਨੇੜੇ ਧਰਤੀ ਦੇ ਦਿਵਾਲੇ ਪੱਟੀ ਨੂੰ ਦਰਸਾਉਂਦਾ ਕਿਸੇ ਨੂੰ ਜਿੱਥੇ ਸਮੁੰਦਰੀ ਜਹਾਜ਼ ਕਈ ਵਾਰ ਪਾਣੀਆਂ ਤੇ ਫਾਸ ਜਾਂਦਾ ਇਹਨੂੰ ਡੋਲ ਡਰਮਸ ਕਿਹਾ ਜਾਂਦਾ ਹੈ ਇਹਦੀ ਲਾਈਜ਼ ਕਿ ਜਿਹੜੀ ਦਿੱਤੀ ਹੈ ਲੋਕੇਸ਼ਨ ਦੱਸੀ ਹੋਈ ਆ ਇਹ ਯਾਦ ਰੱਖ ਲਿਓ ਨੈਕਸਟ ਆਪਣੇ ਕੋਲ ਆ ਜਾਂਦਾ ਵਾਈਟ ਰੈਵੋਲੂਸ਼ਨ ਇਜ਼ ਅਸੋਸੀਏਟਿਡ ਵਿਦ ਚਿੱਟੀ ਕ੍ਰਾਂਤੀ ਆ ਜਿਹੜਾ ਨਾਮ ਆ ਉਹ ਕਿਸ ਨਾਲ ਜੁੜਿਆ ਹੋਇਆ ਹੈ ਤਾਂ ਦਾ ਰਾਈਟ ਆਨਸਰ ਆ ਜਾਂਦਾ ਆਪਸ਼ਨ ਨੰਬਰ ਸੀ ਯਾਨੀ ਕਿ ਮਿਲਕ ਪ੍ਰੋਡਕਸ਼ਨ ਨਾਲ ਬੀ ਇਸ ਦਾ ਸਬੰਧ ਆ ਜਿਹੜਾ ਦੁੱਧ ਨਾਲ ਆ ਵੀ ਜਿਹੜੀ ਵਾਈਟ ਰੈਵੋਲੂਸ਼ਨ ਦਾ ਇਹਨੂੰ ਸ਼ੁਰੂ ਕੀਤਾ ਸੀ ਡਾਕਟਰ ਵਰਗਿਸਕ੍ਰੀਨ ਨੇ ਬਸ ਇੰਨਾ ਕੁ ਯਾਦ ਰੱਖ ਲਿਓ ਇਹਦੇ ਬਾਰੇ ਇਹਦੇ ਰਿਲੇਟਡ ਹੀ ਕੁਐਸਚਨ ਆਉਂਦਾ ਹੁੰਦਾ ਹੈ। ਨੈਕਸਟ ਕੁਐਸਚਨ ਆ ਜਾਂਦਾ ਵਨ ਆਫ ਦੀ ਫੋਲੋਇੰਗ ਇਜ਼ ਨੋਟ ਐਨ ਐਡ ਟੂ ਜੀਓਗ੍ਰਾਫਿਕ ਜੀਓਗ੍ਰਾਫਿਕਲੀ ਅਬਜ਼ਰਵੇਸ਼ਨ ਇਨ ਦੀ ਕਲਾਸ ਨੂੰ। ਹੇਠਾਂ ਦਿੱਤੇ ਵਿੱਚੋਂ ਇੱਕ ਕਲਾਸ ਨੂੰ ਵਿੱਚ ਭੂਗੋਲਕ ਨਰੀਖਣ ਲਈ ਸਹਾਇਤਾ ਨਹੀਂ ਹੈ। ਇਹਦਾ ਰਾਈਟ ਆਨਸਰ ਆ ਜਾਂਦਾ ਆਪਸ਼ਨ ਨੰਬਰ B ਜਾਨੀ ਕਿ ਨੇਚਰਲ ਹੰਟ। ਨੇਚਰਲ ਹੰਟ ਕੀ ਇੱਕ ਸਾਈਟ ਦਾ ਨਾਮ ਆ ਜਿਹਦੇ ਨਾਲ ਆਪਾਂ ਨੂੰ ਭੂਗੋਲਕ ਨਰੀਖਣ ਦੀ ਗੱਲ ਕਰੀਏ ਜੀਓਗ੍ਰਾਫਿਕਲੀ ਤਾਂ ਇਹਦੇ ਨਾਲ ਕੋਈ ਹੈਲਪ ਨਹੀਂ ਮਿਲਦੀ ਆਪਾਂ ਨੂੰ ਗਲੋਬ ਤੋਂ। ਚਾਰਟ ਤੋਂ ਜਾਂ ਮਾਡਲ ਦੇ ਉੱਪਰੋਂ ਆਪਾਂ ਨੂੰ ਜੀਓਗ੍ਰਾਫਿਕਲੀ ਅਬਜ਼ਰਵੇਸ਼ਨ ਦਾ ਪਤਾ ਲੱਗਦਾ ਨੇਚਰਲ ਹੰਟ ਇੱਕ ਲੋਕੇਸ਼ਨ ਆ ਇੱਕ ਸਾਈਟ ਆ ਉਹਦੇ ਤੋਂ ਆਪਾਂ ਨਹੀਂ ਅਬਜ਼ਰਵ ਕਰ ਸਕਦੇ ਨੈਕਸਟ ਆਪਣੇ ਕੋਲੇ ਹੈਗਾ ਦਾ ਲੋਕਲ ਗਵਰਨਮੈਂਟ ਇਨ ਇੰਡੀਆ ਵਾਸ ਇਨੀਸ਼ੀਅਲੀ ਸਟੈਬਲਿਸ਼ਡ ਬਾਈ ਭਾਰਤ ਵਿੱਚ ਜਿਹੜੀ ਸਥਾਨਕ ਸਰਕਾਰ ਦੀ ਸਥਾਪਨਾ ਕਹਿੰਦਾ ਕਿਸ ਦੁਆਰਾ ਕੀਤੀ ਗਈ ਤਦ ਦਾ ਰਾਈਟ ਆਨਸਰ ਆ ਜਾਂਦਾ ਆਪਸ਼ਨ ਨੰਬਰ ਸੀ ਲਾਰਡ ਰਿਪਨ ਨੇ ਲਾਰਡ ਰਿਪਨ ਨੇ ਇਹ 1882 ਦੇ ਵਿੱਚ ਇੰਟਰੋਡਿਊਸ ਕੀਤੀ ਸੀ ਅੱਗੇ ਆਪਣੇ ਕੋਲੇ ਕੁਐਸਚਨ ਆ ਜਾਂਦਾ ਹੂ ਇਜ਼ ਨੋਨ ਐਸ ਫਾਦਰ ਆਫ ਇਕਨੋਮਿਕਸ ਕਿਸ ਨੂੰ ਅਰਥਸ਼ਾਸਤਰ ਦਾ ਪਿਤਾਮਾ ਕਿਹਾ ਜਾਂਦਾ ਤਾਂ ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ ਯਾਨੀ ਕਿ ਐਡਮਸ ਸਮਿਥ ਦਰ ਐਡਮਸ ਮਿੱਤ ਕੀ ਸੀਗਾ ਇਹ ਸਕਾਟਿਸ਼ ਦਾ ਇਕਨੋਮਿਕਸ ਐਂਡ ਫਿਲਾਸਫਰ ਸੀ ਅਗਲਾ ਆਪਣੇ ਕੋਲੇ ਕੁਐਸਚਨ ਹੈਗਾ ਵਿਚ ਇਜ਼ ਦੀ ਨੀਅਰਸਟ ਪਲੈਨਟ ਟੂ ਦੀ ਸਨ ਇਨ ਦੀ ਸੋਲਰ ਸਿਸਟਮ ਸੋਹਰ ਮੰਡਲ ਵਿੱਚ ਸੂਰਜ ਤੋਂ ਸੂਰਜ ਦੇ ਸਭ ਤੋਂ ਨਜ਼ਦੀਕੀ ਗ੍ਰਹਿ ਨੇੜੇ ਵਾਲਾ ਗ੍ਰਹਿ ਕਿਹੜਾ ਤਦ ਦਾ ਰਾਈਟ ਆਨਸਰ ਆਇਆ ਦਾ অপਸ਼ਨ ਨੰਬਰ ਸੀ ਜਾਨੀ ਕਿ ਮਰਕਰੀ ਤਾਂ ਮਰਕਰੀ ਕੀ ਹੈ ਸਭ ਤੋਂ ਨੇੜੇ ਆ ਤੇ ਨੈਪਟੂਨ ਆ ਜਿਹੜਾ ਉਹ ਸੂਰਜ ਤੋਂ ਸਭ ਤੋਂ ਦੂਰ ਗ੍ਰਹਿ ਹੈ ਅੱਗੇ ਆਪਣੇ ਕੋਲੇ ਕੁਐਸਚਨ ਹੈਗਾ ਦਾ ਬੇਸਿਕ ਫੀਚਰਸ ਆਫ ਇਕਨੋਮਿਕਸ ਅਰਥ ਸ਼ਾਸਤਰ ਦੇ ਨਿਹੜੇ ਬੁਨਿਆਦੀ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ ਤਦ ਦਾ ਰਾਈਟ ਆਨਸਰ ਆ ਗਿਆ অপਸ਼ਨ ਨੰਬਰ ਡੀ ਜਾਨੀ ਕਿ ਪ੍ਰੋਡਕਸ਼ਨ ਡਿਸਟ੍ਰਿਬਿਊਸ਼ਨ ਤੇ ਕੰਜ਼ਮਪਸ਼ਨ ਪ੍ਰੋਡਕਸ਼ਨ ਦੇ ਵਿੱਚ ਤੁਹਾਨੂੰ ਪਤਾ ਵੀ ਪੈਦਾਵਾਰ ਹੋਣਾ ਕੋਈ ਚੀਜ਼ ਦਾ ਡਿਸਟ੍ਰਿਬਿਊਸ਼ਨ ਦਾ ਮਤਲਬ ਉਹਨੂੰ ਵੰਡਣਾ ਕਿਸੇ ਮਨੂ ਡਿਸਟ੍ਰੀਬਿਊਟਰਾਂ ਕੋਲੇ ਬਾਕੀ ਅੱਗੇ ਕਿਸੇ ਹੋਰ ਏਜੰਟਾਂ ਕੋਲੇ ਬਾਕੀ ਉਸ ਤਰੀਕੇ ਨਾਲ ਕੰਜ਼ਮਪਸ਼ਨ ਹੋ ਗਿਆ ਵੀ ਜਿਹੜੇ ਫਾਈਨਲ ਕੰਜ਼ੂਮ ਕਰਦੇ ਆ ਭਾਰਤ ਦੇ ਕਿਸੇ ਚੀਜ਼ ਨੂੰ ਉਹ ਕੰਜ਼ਮਪਸ਼ਨ ਦੇ ਅੰਡਰ ਆ ਜਾਂਦੇ ਨੇ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਦਾ ਕਿੰਗ ਹੂ ਇਨਵੇਇਡਡ ਇੰਡੀਆ ਮੈਨੀ ਟਾਈਮ ਟੂ ਕੈਪਚਰ ਪੰਜਾਬ ਬਿਫੋਰ ਦੀ 3rd ਬੈਟਲ ਆਫ ਪਾਣੀਪਤ ਉਹ ਰਾਜਾ ਜਿਸ ਨੇ ਪਾਣੀਪਤ ਦੀ ਤੀਜੀ ਲੜਾਈ ਤੋਂ ਪਹਿਲਾਂ ਪੰਜਾਬ ਉੱਤੇ ਕਬਜ਼ਾ ਕਰਨ ਲਈ ਕਈ ਵਾਰ ਭਾਰਤ ਉੱਤੇ ਹਮਲਾ ਕੀਤਾ ਜੀ ਜਦਾ ਰਾਈਟ ਆਨਸਰ ਆਏਗਾ ਆਪਸ਼ਨ ਨੰਬਰ ਸੀ ਅਹਿਮਦ ਸ਼ਾਹ ਅਵਦਾਲੀ ਨੇ ਅਹਿਮਦ ਸ਼ਾਹ ਬਦਾਲੀ ਸੀਗਾ ਜਿਹੜੇ ਨੇ ਪਾਣੀਪਤ ਦੀ ਤੀਜੀ ਲੜਾਈ ਲੜਾਈ। ਪਾਣੀਪਤ ਦੀਆਂ ਲੜਾਈਆਂ ਦੀ ਗੱਲ ਕਰੀਏ ਤਾਂ ਪਹਿਲੀ ਲੜਾਈ 1526 ਦੇ ਵਿੱਚ, ਦੂਜੀ ਲੜਾਈ 1556 ਦੇ ਵਿੱਚ, ਤੀਜੀ ਲੜਾਈ ਕਾਫੀ ਸਾਲਾਂ ਬਾਅਦ ਯਾਨੀ ਕਿ 1761 ਦੇ ਵਿੱਚ ਤੀਜੀ ਲੜਾਈ ਹੋਈ ਸੀ ਪਾਣੀਪਤ ਦੀ। ਅੱਗੇ ਆਪਣੇ ਕੋਲ ਹੈਗਾ ਦਾ ਸਿਗਨੀਫਿਕੈਂਸ ਆਫ ਪ੍ਰੈਜ਼ੈਂਸ ਆਫ ਗ੍ਰੇਡ ਵਾਟ ਇਨ ਹੜੱਪਾ ਸਿਵਿላይਜ਼ੇਸ਼ਨ। ਮਹਾਨ ਅਨਿਸ਼ਨਾਣ ਕਰ ਸੀਗੇ ਜਿਹੜੇ ਉਹਦੀ ਮੌਜੂਦਗੀ ਹੜੱਪਾ ਸਭੱਤ ਦੀ ਮਹਾਨਤਾ। ਵੀ ਯਾਨੀ ਕਿ ਕੀੜੀ ਮਹਾਨਤਾ ਨੂੰ ਦਰਸਾਉਂਦੀ ਹੈ ਹੜੱਪਾ ਸਭਿਅਤਾ ਦੀ ਤਾਂ ਦਾ ਆਪਣਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ B ਜਾਨੀ ਕਿ ਹੋਲਿਨੈਸ ਆਫ ਵਾਟਰ ਹੋਲਿਨੈਸ ਦਾ ਮਤਲਬ ਆ ਜਾਂਦਾ ਪਵਿੱਤਰਤਾ ਪਾਣੀ ਦੀ ਪਵਿੱਤਰਤਾ ਨੂੰ ਦਰਸਾਉਂਦੀ ਹੈ ਸਿਗਨੀਫੀਕੈਂਸ ਆ ਗ੍ਰੇਟ ਬਾਤ ਆ ਜਿਹੜਾ ਹੜੱਪਾ ਸਿਵਿलाइजेशन ਦਾ ਨੈਕਸਟ ਕੁਐਸਚਨ ਆਪਣੇ ਕੋਲ ਆ ਜਾਂਦਾ ਦੋਸਤੋ ਹੂ ਵਾਸ ਕਾਲਡ ਦੇਸ਼ਵੰਦੂ ਦੇਸ਼ਵੰਦੂ ਕਿਸ ਨੂੰ ਕਿਹਾ ਜਾਂਦਾ ਸੀ ਤਾਂ ਰਾਈਟ ਆਨਸਰ ਆਏਗਾ ਆਪਸ਼ਨ ਨੰਬਰ C ਜਾਨੀ ਕਿ ਚਤਰੰਜਨ ਦਾਸ ਨੂੰ ਇਹ ਜਿਹੜਾ ਚਤਰੰਜਨ ਦਾਸ ਨੂੰ ਇਹ ਟਾਈਟਲ ਮਿਲਿਆ ਸੀ ਦੇਸ਼ਵੰਦੂ ਮੈਂ ਕਿਸ ਨੇ ਦਿੱਤਾ ਸੀ ਕਈ ਵਾਰੀ ਐਦਾਂ ਦਾ ਕੁਐਸਚਨ ਵੀ ਆ ਜਾਂਦਾ ਇਹਦਾ ਰਾਈਟ ਆਨਸਰ ਹੈਗਾ ਮਹਾਤਮਾ ਗਾਂਧੀ ਨੇ ਮਹਾਤਮਾ ਗਾਂਧੀ ਨੇ ਇਹ ਟਾਈਟਲ ਦਿੱਤਾ ਸੀ ਚਤਰੰਜਨ ਦਾਸ ਨੂੰ ਦੇਸ਼ਵੰਦੂ ਦਾ ਅੱਗੇ ਆਪਣੇ ਕੋਲੇ ਕੁਐਸਚਨ ਹੈਗਾ ਦਾ ਰੌਕ ਵਿਚ ਇਜ਼ ਹਾਰਡਰ ਦੈਨ ਇਟਸ origignal ਕੰਸਟੀਟੂਐਂਟ ਇਜ਼ ਉਹ ਚਟਾਨ ਜੋ ਇਸ ਦੇ ਮੂਲ ਤੱਤ ਨਾਲੋਂ ਸਖਤ ਹੁੰਦੀ ਹੈ ਵੀ ਕੋਈ ਚਟਾਨ ਆ ਜਿਹੜਾ ਉਹਦਾ ਮੂਲ ਤੱਤ ਪਹਿਲਾਂ ਜਿਹੜਾ ਮੂਲ ਜੀ ਤੋਂ ਬਣੀ ਹੁੰਦੀ ਆ ਉਹਦੇ ਨਾਲੋਂ ਸਖਤ ਹੁੰਦੀ ਉਹਨੂੰ ਕੀ ਕਿਹਾ ਜਾਂਦਾ ਇਦਰ ਰਾਈਟ ਆਨਸਰ ਆਏਗਾ অপਸ਼ਨ ਨੰਬਰ ਸੀ ਜਾਨੀ ਕਿ ਮੈਟਾਮੋਰਫਿਕ ਰੌਕ ਮੈਟਾਮੋਰਫਿਕ ਰੌਕ ਕਿਹੜਾ ਹੁੰਦਾ ਕੋਈ ਰੌਕ ਜਾਂ ਕੋਈ ਚਟਾਨ ਜਦੋਂ ਜਦੋਂ ਕਿਸੇ ਟੈਂਪਰੇਚਰ ਤੇ ਕਿਸੇ ਹਾਈ ਟੈਂਪਰੇਚਰ ਤੇ ਤੇ ਹਾਈ ਪ੍ਰੈਸ਼ਰ ਦੇ ਉੱਤੇ ਤੇ ਕੋਈ ਭੌਤਿਕ ਮੰਨ ਲਓ ਕੋਈ ਜਿਹੜਾ ਲਾਵਾ ਵਗੈਰਾ ਹੁੰਦਾ ਉਹਦੇ ਤੇ ਡਿਗਦਾ ਜਾਂ ਉਹਦੇ ਤੇ ਪੈਂਦਾ ਹਾਈ ਟੈਂਪਰੇਚਰ ਹੁੰਦਾ ਹਾਈ ਪ੍ਰੈਸ਼ਰ ਹੁੰਦਾ ਤਾਂ ਜਿਹੜਾ ਮੈਟਾਮੋਰਫਿਕ ਰੌਕ ਬਣਦਾ ਉਹ ਮੈਟਾਮੋਰਫਿਕ ਇਹ ਹੁੰਦਾ ਹੈ ਦਾ ਰਾਈਟ ਆਨਸਰ ਨੈਕਸਟ ਵਨ ਆਪਣੇ ਕੋਲ ਆ ਗਿਆ ਇਹ ਜੁਆਇੰਟ ਸਿਟਿੰਗ ਆਫ ਟੂ ਹਾਊਸਸ ਇਜ਼ ਕਾਲਡ ਬਾਈ ਦੋ ਘਰਾਂ ਦੀ ਸਾਂਝੀ ਬੈਠਕ ਕਿਸ ਦੁਆਰਾ ਬੁਲਾਈ ਜਾਂਦੀ ਹੈ ਤਾਂ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਬੀ ਜਾਨੀ ਕਿ ਪ੍ਰੈਜ਼ੀਡੈਂਟ ਦੁਆਰਾ ਜਿਹੜਾ ਕਿ ਇਹ ਵੀ ਜਿਹੜੀ ਸਿਟਿੰਗ ਆਫ ਟੂ ਹਾਊਸਸ ਜਿਹੜੇ ਇਹ ਆਰਟੀਕਲ 108 ਦੇ ਵਿੱਚ ਲਿਖਿਆ ਹੋਇਆ ਹੈ ਨੈਕਸਟ ਵਨ ਆਪਣੇ ਕੋਲ ਦਾ ਨਾਨ ਗ੍ਰੀਨ ਹਾਊਸ ਗੈਸਸ ਕਿਹੜੀਆਂ ਬੀ ਗੈਰ ਗ੍ਰੀਨ ਹਾਊਸ ਗੈਸਾਂ ਕਿਹੜੀਆਂ ਹੁੰਦੀਆਂ ਜਿਨ੍ਹਾਂ ਨਾਲ ਗ੍ਰੀਨ ਹਾਊਸ افੈਕਟ ਨਹੀਂ ਪੈਦਾ ਹੁੰਦਾ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਆਪਸ਼ਨ ਨੰਬਰ ਡੀ ਸੌਰੀ ਸਲਫਰ ਡਾਈਆਕਸਾਈਡ ਬਾਕੀ ਜਿਹੜੀਆਂ ਗੈਸਾਂ ਹੁੰਦੀਆਂ ਕਾਰਬਨ ਡਾਈਆਕਸਾਈਡ ਹੋਗੀ ਮethane ਹੋਗੀ ਕਲੋਰੋਫਲੋਰੋ ਕਾਰਬਨ ਹੋਗੀ ਇਹਨਾਂ ਨਾਲ ਗ੍ਰੀਨ ਹਾਊਸ افੈਕਟ ਆ ਜਿਹੜਾ ਗ੍ਰੀਨ ਹਾਊਸ افੈਕਟ ਪੈਦਾ ਹੈ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਦਾ ਲੈਂਡ 댓 ਡੀ ਮਾਰਕੀਟਸ ਇੰਡੀਆ ਐਂਡ ਡੈਸ਼ ਇਜ਼ ਦੀ ਐਮ ਸੀ ਮੋਹਨ ਮੈਕੋ ਮੋਹਨ ਲੈਂਡ ਕਹਿੰਦੇ ਆ ਉਹ ਰੇਖਾ ਜੋ ਭਾਰਤ ਤੇ ਡੈਸ਼ ਦੀ ਹੱਦਬੰਦੀ ਕਰਦੀ ਹੈ ਮੈਕਮੌਨ ਲਾਈਨ ਹੁੰਦੀ ਹੈ ਕਿਹਦੀ ਹੱਦਬੰਦੀ ਕਰਦੀ ਹੈ ਤਾਂ ਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਏ ਜਾਨੀ ਕਿ ਚైనా ਚైనా ਤੇ ਭਾਰਤ ਨੂੰ ਜਿਹੜੀ ਰੇਖਾ ਤੇ ਆ ਕੇ ਹੱਦਬੰਦੀ ਹੁੰਦੀ ਉਹਨੂੰ ਮੈਕਮੌਨ ਲੈਣਾ ਕਹਿੰਦੇ ਆ ਤਾਂ ਦੋਸਤੋ ਇਹ ਸੀ ਸੋਸ਼ਲ ਸਟੱਡੀ ਦੇ ਮਿਕਸ ਐਮਸੀਕਿਊ ਨੈਕਸਟ ਵੀਡੀਓ ਹੈ ਜਿਹੜੀ ਕੋਸ਼ਿਸ਼ ਕਰਾਂਗੇ ਕਿ ਉਹ ਟੌਪਿਕ ਵਾਈਜ਼ ਸ਼ੁਰੂ ਕਰੀਏ ਤੇ ਅੱਜ ਲਈ ਦੋਸਤੋ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਬੱਤ ਵੱਦ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਦਾ ਕਰਦੇ ਉਹਨੂੰ WhatsApp ਗਰੁੱਪਾਂ ਦੇ ਵਿੱਚ Telegram ਦੇ ਉੱਤੇ Facebook ਦੇ ਉੱਤੇ Instagram ਦੇ ਉੱਤੇ ਸ਼ੇਅਰ ਜ਼ਰੂਰ ਕਰ ਦਿਓ ਲਿੰਕ ਤੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ